ਜਪਟਣਾ ਪਲਟਣਾ ਪਲਟ ਕਰ ਜਪਟਣਾ ਲਹੂ ਗਰਮ ਰੱਖਣੇ ਕਹ ਹੈ ਇੱਕ ਬਹਾਨਾ ਅਸਲਾਮੁਅਲੈਕਮ ਵੈਲਕਮ ਜੀ ਜੱਟਾਂ ਦੇ ਟੀਵੀ ਦੇ ਉੱਤੇ ਨਈ ਵੀਡੀਓ ਨਾ ਖੁਸ਼ ਆਮਦੀਦ ਕਹਿੰਦੇ ਆ ਜੀ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਅੱਜ ਅਸੀਂ ਤੁਹਾਨੂੰ ਫੇਰ ਆਪਣੇ ਪਿੰਡ ਦੀ ਰੌਣਕ ਆਪਣੇ ਪਿੰਡ ਦਾ ਇੱਕ ਤਕੜਾ ਮੇਲਾ ਤੁਹਾਨੂੰ ਮੈਂ ਜਿੱਦਾਂ ਅੱਗੇ ਵੀ ਦੱਸਿਆ ਸੀਗਾ ਵੀ ਸਾਡੇ ਪਿੰਡ ਦੀ ਹਾਕੀ ਦੀ ਟੀਮ ਬੜੀ ਤਕੜੀ ਆ ਉਹ ਮੈਂ ਕਿਹਾ ਵੀ ਕਿਤੇ ਤੁਹਾਨੂੰ ਸ਼ੱਕ ਨਾ ਨਾ ਹੋਵੇ ਵੀ ਪਤਾ ਨਹੀਂ ਐਵੇਂ ਛਾਪਰੀ ਛੱਡੀ ਜਾਂਦੇ ਆ ਤੁਹਾਨੂੰ ਕੋ ਮੈਚ ਵੀ ਦਿਖਾ ਦਈਏ ਤੁਹਾਨੂੰ ਕੋ ਰੌਣਕ ਲੱਗੀ ਵੀ ਦਿਖਾ ਦਈਏ ਤੁਹਾਨੂੰ ਕਬੱਡੀ ਵੀ ਦਿਖਾਈ ਆ ਤੁਹਾਨੂੰ ਕ੍ਰਿਕਟ ਵੀ ਦਿਖਾਈ ਆ ਤੁਹਾਨੂੰ ਸਪੈਸ਼ਲੀ ਤੌਰ ਤੇ ਜਿਹੜੀ ਸਾਡੇ ਪਿੰਡ ਦੀ ਸਾਡਾ ਪਿੰਡ ਜਿਹੜੀ ਗੇਮ ਤੋਂ ਮਸ਼ਹੂਰ ਆ ਉਹ ਹਾਕੀ ਆ ਤੇ ہاکی ਦੀ ਕਿਦਾਂ ਦੀ ਟੀਮ ਆ ਇੰਟਰਨੈਸ਼ਨਲ ਲੈਵਲ ਤੇ ਜੋ ਵੀ ਕੰਡੀਸ਼ਨ ਹੈ ਲੇਕਿਨ ਅਲਹਮਦੁਲਿਲਾ ਸਾਡੇ ਪਿੰਡ ਦੀ ਤਕੜੀ ہاکی ਦੀ ਟੀਮ ਆ ਤੇ ਤਕੜਾ ਨਿਜ਼ਾਮ ਆ ਸੋਹਣਾ ਗਰਾਊਂਡ ਆ ਤੇ ਮੁੰਡੇ ਵੀ ਚੰਗੇ ਆ ਅਲਹਮਦੁਲਿਲਾ ਬਾਅਦ ਯਾਨੀ ਕਿ ਮਹਿਕਮਿਆਂ ਦੇ ਵਿੱਚ ਖੇਲ ਵੀ ਰਹੇ ਆ ਅਲਹਮਦੁਲਿਲਾ ਉਹ ਤੋਂ ਇਲਾਵਾ ਜਿਹੜੀ ਪਿੰਡ ਦੀ ਨਰਸਰੀ ਵੀ ਚੰਗੀ ਆ ਐ ਜਿਹੜੇ ਬੱਚੇ ਖੇਡ ਰਹੇ ਆ ਜਿਨ੍ਹਾਂ ਨੇ ਅੱਜ ਤੁਹਾਨੂੰ ਮੈਂ ਜਿਹੜੇ ਖੇਲਦੇ ਦਿਖਾਉਣੇ ਆ ਇਹਨਾਂ ਦੇ ਵਿੱਚ ਅਕਸਰੀਅਤ ਜਿਹੜੇ ਹੈਗੇ ਆ ਉਹ ਬੱਚੇ ਇੱਥੇ ਪਿੰਡ ਦੇ ਆ ਯਾਨੀ ਕਿ ਨਵੀਂ ਨਰਸਰੀ ਆ ਇਹ ਤਾਂ ਪਿੰਡ ਦੇ ਹੀ ਯਾਨੀ ਕਿ ਇੱਕ ਨਵੀਂ ਨਰਸਰੀ ਆ ਨਵੇਂ ਮੁੰਡੇ ਆ ਛੋਟੇ ਛੋਟੇ ਤੇ ਅਲਹਮਦੁਲਿਲਾ ਕਿਦਾਂ ਦੀ ਗੇਮ ਹੋਊਗੀ ਉਹ ਤੁਸੀਂ ਆ ਦੇਖ ਹੀ ਲੈਣੀ ਆ ਅਸੀਂ ਤੁਹਾਨੂੰ ਛੋਟੇ ਛੋਟੇ ਕਲਿੱਪ ਦਿਖਾਵਾਂਗੇ ਪੂਰਾ ਮੈਚ ਤਾਂ ਅਸੀਂ ਦਿਖਾ ਨਹੀਂ ਸਕਦੇ ਇਹ ਮੈਚਾਂ ਦੇ ਵਿੱਚੋਂ ਕੱਢੇ ਹੋਏ ਛੋਟੇ ਛੋਟੇ ਕਲਿੱਪ ਇਨਸ਼ਾਅੱਲਾ ਤੁਹਾਨੂੰ ਦਿਖਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਹਾਕੀ ਤਕੜੀ ਗੇਮ ਐ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਬਦਕਿਸਮਤੀ ਇਹ ਆ ਸਾਡੀ ਗਵਰਨਮੈਂਟ ਇਹਦੇ ਲਈ ਸੀਰੀਅਸ ਨਹੀਂ ਹੈਗੀ ਸਾਡੀ ਗਵਰਨਮੈਂਟ ਗਵਰਨਮੈਂਟ ਕੀ ਸੀਰੀਅਸ ਹੋਣਾ ਵਾ ਜਿਹੜੇ ਇਸ ਡਿਪਾਰਟਮੈਂਟ ਨੂੰ ਚਲਾਉਣ ਵਾਲੇ ਆ ਉਹ ਦੋਹੀ ਹੱਥੀ ਖਾਂਡੇ ਆ ਜਿੱਦਾਂ ਸਾਡੀ ਹਕੂਮਤ ਜਿੱਦਾਂ ਸਾਡੇ ਅੱਲਾ ਦੇ ਫੈਲੋ ਕੋਰੋਨਾ ਬਾਕੀ ਮੁਲਕ ਨੂੰ ਖਾਂਡੇ ਆ ਇਦਾਂ ਹੀ ਇਸ ਹਿਸਾਬ ਨਾਲ ਇਹ ਜਿਹੜੇ ਇਸ ਡਿਪਾਰਟਮੈਂਟ ਦੇ ਉੱਤੇ ਬੈਠੇ ਆ ਉਹ ਦੋਹੀ ਹੱਥੀ ਇਹਨਾਂ ਨੂੰ ਖਾਂਡੇ ਆ ਮੈਨੂੰ ਤੁਸੀਂ ਦੱਸੋ ਵੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਬਲਕਿ ਤਾਂ ਸਾਡੇ ਮੁਲਕ ਦੇ ਵਿੱਚ ਕਿਸੇ ਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਹੈਗਾ ਹਰ ਬੰਦਾ ਹੀ ਇੱਥੇ ਖਾਣ ਲੱਗਿਆ ਹੋਇਆ ਵਾ ਤੇ ਇਹਨਾਂ ਦਾ ਕੀ ਕਸੂਰ ਆ ਇਹਨਾਂ ਦੇ ਝਾਕੇ ਖੁੱਲੇ ਆ ਤੇ ਜਦੋਂ ਇਦਾਂ ਦੀ ਮੈਨੇਜਮੈਂਟ ਹੋਣੀ ਆ ਜਿੱਥੇ ਕੁ ਲਾਅ ਐਂਡ ਆਰਡਰ ਸਿਚੁਏਸ਼ਨ ਹੋਵੇ ਹੀ ਨਾ ਉਹ ਮੁਲਕ ਕਦੀ ਵੀ ਤਰੱਕੀ ਨਹੀਂ ਕਰਦਾ ਸਾਡੇ ਮੁਲਕ ਦਾ ਹਾਲ ਹੀ ਕੋਈ ਨਹੀਂ ਲੋ ਜੀ ਸਾਡੇ ਅੱਜ ਦੇ ਰੌਣਕ ਦੇ ਅੱਜ ਦੇ ਮੇਲੇ ਦੇ ਜਿਹੜੇ ਮੁੱਖ ਮੰਤਰੀਆਂ ਉਹ ਆ ਗਏ ਆ ਆਪਣਾ ਚੌਧਰੀ ਅਸ਼ਫਾਕ ਗੁੱਜਰ ਸਾਹਿਬ ਫਰੋਮ ਸਾਊਦੀ ਅਰੇਬੀਆ ਇਹਨਾਂ ਦਾ ਮਾਸ਼ਾਅੱਲਾ ਉੱਥੇ ਤਕੜਾ ਕੰਮ ਆ ਤੇ ਇਹ ਸਮਾਜੀ ਕਾਰਕੁਨ ਨੇ ਜਿੱਦੋਂ ਵੀ ਇਹਨਾਂ ਨੂੰ ਬੁਲਾਇਆ ਗਿਆ ਜਿੱਦੋਂ ਵੀ ਯਾਨੀ ਕਿ ਤੁਸੀਂ ਕਹੋ ਪੀ ਇਹਨਾਂ ਨੇ ਹਰ ਮਾਮਲੇ ਨੂੰ ਗਰਾਊਂਡ ਦੇ ਨੂੰ ਜਾਂ ਪਿੰਡ ਦੇ ਵਿੱਚ ਕੋਈ ਵੀ ਕੋਈ ਅਮਦਦ ਚਾਹੀਦੀ ਜਾਂ ਕੋਈ ਵੀ ਕੋ ਕੰਮ ਕਰਨ ਰਿਆ ਹੋਵੇ ਉਹ ਇਹਨਾਂ ਇਹਨਾਂ ਨੂੰ ਜਿੱਦੋਂ ਵੀ ਬੁਲਾਇਆ ਗਿਆ ਜਿੱਦੋਂ ਵੀ ਇਹਨਾਂ ਨੂੰ ਯਾਨੀ ਕਿ ਇਹਨਾਂ ਇਹਨਾਂ ਨੂੰ ਕੋਈ ਗੱਲ ਕਹੀ ਗਈ ਆ ਇਹ ਉੱਥੇ ਪੂਰੇ ਉਤਰੇ ਆ ਬੜੇ نفیس بندے نے بڑے تگڑے بندے نے ہر لحاظ نا یعنی کہ ایک تا ਹੁੰਦਾ ਨਾ ਬੰਦਾ ਪੈਸੇ ਫਾਈਨੈਂਸ਼ਲੀ ਤੌਰ ਤੇ ਵੈਸੇ ਦਿਲ ਦੇ بڑے ਤਕੜੇ ਬੰਦੇ ਨੇ ਇਹ ਜੇ ਰੌਣਕ ਮੇਲੇ ਇਹ ਜਿਹੜੀਆਂ ਗੇਮਾਂ ਇਹ ਜਿਹੜੇ ਮਾਹੌਲ ਬਣਦੇ ਆ ਗਰਾਊਂਡਾਂ ਦੇ ਵਿੱਚ ਇਹ ਇਸ਼ਜੀਆਂ ਲੋਕਾਂ ਦੀ ਵਜ੍ਹਾ ਨਾਲ ਬਣਦੇ ਆ ਕਿਉਂ ਜਦੋਂ ਕੋਈ ਬੰਦਾ سپورਟ ਨਹੀਂ ਕਰੂਗਾ ਉਹ ਕਦੀ ਵੀ ਯਾਨੀ ਕਿ ਗਰਾਊਂਡ ਦੀ ਆਬਾਦ ਹੋਣਗੇ ਕਦੀ ਵੀ ਸਾਡੇ ਇਦਾਂ ਦੇ ਨਿਜ਼ਾਮ ਨਹੀਂ ਚੱਲਣਗੇ ਨਵੀਂ ਨਰਸਰੀ ਉਦੋਂ ਹੀ ਯਾਨੀ ਕਿ ਤੁਹਾਡੀ ਨਵੀਂ ਚੱਲਦੀ ਆ ਜਦੋਂ ਜਿਹੜੇ ਪੁਰਾਣੇ ਪਲੇਅਰ ਹੋਣ ਉਹ ਸਪੋਰਟ ਕਰਨ ਜਿਹੜੇ ਦੋ ਪਿੰਡ ਵਾਲੇ ਸਪੋਰਟ ਕਰਨ ਜਦੋਂ ਕੋਈ ਵੀ ਬੰਦਾ ਬਾਹਰ ਗਿਆ ਹੋਇਆ ਵਾ ਯਾਨੀ ਕਿ ਉਹ ਫਰੈਂਚਾਈਜ਼ੀ ਤੌਰ ਤੇ ਸਟਰੋਂਗ ਆ ਜਦੋਂ ਉਹ ਸਪੋਰਟ ਕਰਦਾ ਵਾ ਤੇ ਉਹਦੇ ਨਾਲ ਫਿਰ ਗਰਾਉਂਡ ਆਬਾਦ ਰਹਿੰਦੇ ਆ ਆ ਮੈਚ ਬੜਾ ਤਕੜਾ ਹੋਣਿਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਇੰਜੋਏ ਕਰਨ ਦੇ ਹੁਣੇ ਮੈਚ ਨੂੰ ਬੱਚੇ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਯਾਨੀ ਕਿ ਅਸੀਂ ਚੰਗੀ ਗੇਮ ਦਿਖਾਈਏ ਅਸੀਂ ਇਹ ਸਭ ਤੋਂ ਵੱਡੀ ਬਦਕਿਸਮਤੀ ਇਹ ਆ ਵੀ ਜਿਹੜੇ ਆ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਿਹੜੀ ਗੇਮ ਖਤਮ ਕਰ ਦਿੱਤੀ ਗਈ ਆ ਇਹਦਾ ਕਰਕੇ ਹੁਣ ਬਦਜ਼ਾਨ ਹੋ ਰਹੀ ਆ ਜਿਹੜੀ ਨਵੀਂ ਨਸਲ ਆ ਕਿਉਂ ਉਹਨਾਂ ਨੂੰ ਅੱਗੇ ਆਪਣਾ ਕੋਈ ਮਸਤਕਬਲ ਨਹੀਂ ਨਜ਼ਰ ਆ ਰਿਹਾ ਇਹ ਵੈਸੇ ਬੜੀ ਮਾੜੀ ਗੱਲ ਆ ਇਹ ਵਕਤ ਦੀ ਹਕੂਮਤ ਵਕਤ ਦੀ ਹਕੂਮਤ ਨੇ ਬਲਕੇ ਕੀ ਕਰਨਾ ਉਹਨਾਂ ਨੂੰ ਆਪਣਾ ਨਹੀਂ ਪਤਾ ਹੈਗਾ ਉਹਨਾਂ ਨੇ ਕਿਸੇ ਕਹਿ ਅਸੀਂ ਕਿਸੇ ਨੂੰ ਵੀ ਨਹੀਂ ਸਕਦੇ ਜੀ ਦੇਖੋ ਜੀ ਅਸੀਂ ਸਿਰਫ ਗੱਲ ਤੁਹਾਨੂੰ ਦੱਸ ਸਕਦੇ ਹਾਂ ਹੁਣ ਜੇ ਤੁਸੀਂ ਕਹੋ ਨਾ ਕਿ ਕਿਸੇ ਨੂੰ ਕਹਿਣਾ ਵਾ ਕਿਸੇ ਨੂੰ ਕੀ ਕਹਿਣਾ ਵਾ ਉਹਨਾਂ ਦਾ ਤਾਂ ਆਪਣਾ ਨਹੀਂ ਹਿਸਾਬ ਕਿਤਾਬ ਸਿੱਧਾ ਹੋਣ ਰਿਹਾ ਬਈ ਇਹ ਅਸੀਂ ਛੱਡਣਾ ਕੀ ਆ ਦਿਖਾਣਾ ਕੀ ਆ ਹਰ ਬੰਦਾ ਹੀ ਦੋਹੀ ਹੱਤੀ ਖਾਂਡ ਰਿਹਾ ਬਾਕੀ ਸਾਡੇ ਮੁਲਕ ਦਾ ਲਾਈ ਹਾਫਜ਼ਾ ਜੀ ਲੋ ਜੀ ਇਹ ਗੱਲ ਦੂਸਰੇ ਬੰਨੇ ਨਿਕਲ ਗਈ ਲੋ ਜੀ ਆ ਅੱਗੇ ਨੇ ਕਰਨਲ ਅਨੀਤ ਸਾਹਿਬ ਜਿਹੜੇ ਬੜੇ ਤੱਕ ਆਪਣੇ ਦੌਰ ਦੇ ਬੜੇ ਤਕੜੇ ਪਲੇਅਰ ਰਹੇ ਆ ਆਰਮੀ ਕਲਰ ਨੇ ਆਪਣੇ ਦੌਰ ਦੇ ਬੜੇ ਤਕੜੇ ਪ੍ਰੇਰ ਰਹੇ ਆ ਤੇ ਇਹਨਾਂ ਨੇ ਇਹਨਾਂ ਨੂੰ ਇਸ ਯਾਨਕੀ ਗੇਮ ਨੇ ਬੜੀ ਇੱਜ਼ਤ ਦਿੱਤੀ ਆ ਐਸ ਇਲਾਕੇ ਚ ਆਰਮੀ ਦੇ ਵਿੱਚ ਇਹ ਯਾਨਕੀ ਹਾਕੀ ਦੀ ਵਜ੍ਹਾ ਨਾਲ ਅੱਜ ਜਾਣੇ ਜਾ ਰਹੇ ਆ ਬਾਕੀ ਆਰਮੀ الحمدللہ اس لحاظنا بڑا تکڑا حساب کتاب رہا ਸਾਡੇ ਪਿੰਡ ਦੇ ਜ਼ਿਆਦਾਤਰ ਜਿਹੜੇ ਆਰਮੀ ਦੇ ਵਿੱਚ ਲੋਕਾਂ ਉਹ ਹਾਕੀ ਵੱਲੋਂ ਹੋਏ ਆ ਆਰਮੀ ਨੇ ਸਾਡੇ ਪਿੰਡ ਦੀ ਜਿਹੜੀ ਨਰਸਰੀ ਆ ਸਾਡੇ ਪਿੰਡ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ بڑا سپورਟ ਕਰਨ ਵਾਲੀ ਗੱਲ ਹੀ ਆ ਦੇਖੋ ਜਿਹੜੀ ਬਹੁਤ ਦੁਨੀਆ ਯਾਨੀ ਕਿ الحمدللہ ਹਾਕੀ ਦੀ ਵਜ੍ਹਾ ਨਾਲ ਸਾਡੇ ਆਰਮੀ ਦੇ ਵਿੱਚ ਆ ਤੇ ਉਹਨਾਂ ਦਾ ਰੋਜ਼ਗਾਰ ਚੱਲ ਰਿਹਾ ਵਾ ਤੇ ਬਾਕੀ ਤੇ ਚਲੋ ਡਿਪਾਰਟਮੈਂਟ ਨਹੀਂ ਹੈਗੇ ਆਰਮੀ ਦੇ ਵਿੱਚ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਬੱਚੇ ਆ ਤੇ ਇਹ ਬੜੀ ਅੱਲਾਹ ਤਾਲਾ ਦੀ ਕਰਮਨਵਾਦੀ ਆ ਮੁਹੰਮਦ ਇਮਰਾਨ ਕੈਂਪੀਨ ਇਹ ਤੁਸੀਂ ਨਾ ਸੁਣਿਆ ਹੋਣਾ ਵਾ ਜਿਹੜਾ ਹਾਕੀ ਬੰਦਾ ਦੇਖਦਾ ਉਹਨੂੰ ਜਾਣਦਾ ਵਾ ਉਹ ਅਲਹਮਦੁਲਿਲਾ ਸਾਡੇ ਪਿੰਡ ਦੇ ਰਹਿਣ ਵਾਲੇ ਆ ਤੇ ਇਹ ਬੜੀ ਅੱਲਾਹ ਤਾਲਾ ਦੀ ਕਰਮਨਵਾਜ਼ੀ ਆ ਗੇਮ ਬੜੀ ਆ ਯਾਨੀ ਕਿ ਗੇਮ ਇਹ ਬੜੀ ਤਕੜੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਇਹਨੂੰ ਸਪੋਰਟ ਕੋਈ ਨਹੀਂ ਹੈਗੀ ਇਹ ਹੁਣ ਇਸ ਟਾਈਮ ਫਾਰਕ ਹੀ ਸਮਝ ਲਓ ਕੋਈ ਕੰਡੀਸ਼ਨ ਨਹੀਂ ਹੈਗੀ ਕਿਉਂ ਜਿਹੜੇ ਡਿਪਾਰਟਮੈਂਟ ਨੂੰ ਚਲਾ ਰਹੇ ਆ ਉਹ ਫਾਰਕ ਖਾਤਾ ਵਾ ਉਹ ਖਾਣ ਪੀਣ ਵਾਲੇ ਇਕੱਠੇ ਹੋਏ ਹੋਏ ਆਂ ਸਾਡੇ ਪਿੰਡ ਦੇ ਵਿੱਚ ਅਲਹਮਦੁਲਿਲਾ ਪਹਿਲੇ ਦੌਰ ਦੇ ਵਿੱਚ ਬੜੇ ਬੜੇ ਤਕੜੇ ਪਲੇਅਰ ਨੰਗੇ ਆ ਜੀ ਆਪਣਾ ਹਾਕੀ ਦੇ ਵਿੱਚ ਕ੍ਰਿਕਟ ਦੇ ਵਿੱਚ ਹੋਰ ਦੂਸਰੀਆਂ ਗੇਮਾਂ ਦੇ ਵਿੱਚ ਵੀ ਤੇ ਅੱਜ ਦੇ ਦੌਰ ਦੇ ਵਿੱਚ ਵੀ ਲੋਕ ਬਹੁਤ ਸਾਰੇ ਪਿੰਡਾਂ ਦੇ ਜੇ ਤੁਸੀਂ ਕੰਡੀਸ਼ਨ ਦੇਖੋ ਉਥੇ ਨਸ਼ਿਆਂ ਦੇ ਵਿੱਚ ਕਿਤੇ ਬੁਰੇ ਹਾਲ ਹੋਏ ਹੋਏ ਹਨ ਲੇਕਿਨ ਸਾਡੇ ਪਿੰਡ ਦਾ ਹਿਸਾਬ-ਤਬਾਕ ਤਕੜਾ ਵਾ ਲੋ ਜੀ ਆ ਜਿਹੜੇ ਇਸ ਟਾਈਮ ਸਟੋਕ ਲੱਗਣ ਦੇ ਆ ਮੈਚ ਬਰਾਬਰ ਹੋ ਗਿਆ ਸੀਗਾ ਸਟੋਕ ਤੁਸੀਂ ਇੰਜੋਏ ਕਰੋ ਇਹ ਦੇਖੋ ਬੱਚਿਆਂ ਦੀ ਕੰਡੀਸ਼ਨ ਦੋ ਤਕੜਾ ਮੈਚ ਹੋਇਆ ਜੀ ਇਹ ਯਾਨੀ ਕਿ ਤਕੜਾ ਦੋ ਦੰਗਲ ਹੋਇਆ ਇਸ ਮੈਚ ਦੇ ਵਿੱਚ ਲੇਕਿਨ ਆ ਸਟੋਕਾਂ ਦੇ ਜਾ ਕੇ ਇਸ ਮੈਚ ਦਾ ਫੈਸਲਾ ਹੋਇਆ ਸ਼ਹਿਰ ਦੀ ਟੀਮ ਜਿਹੜੀ ਆ ਉਹ ਵਿਨ ਕੀਤੀ ਆ ਉਹ ਫਾਈਨਲ ਦੇ ਵਿੱਚ ਪਹੁੰਚ ਗਈ ਆ ਇਹਨਾਂ ਸਟੋਕਾਂ ਦੇ ਰਸ਼ੀਦੁਲ ਹਸਨ ਅਕੈਡਮੀ ਤੇ ਅਲਿਆਸ ਹਾਕੀ ਕਲੱਬ ਦੇ ਦਰਮਿਆਨ ਇਹ ਮੈਚ ਸੀਗਾ ਜਿਹੜੀ ਰਸ਼ੀਦੁਲ ਹਸਨ ਅਕੈਡਮੀ ਆ ਇਹ ਗੋਜਰੇ ਦੀ ਆ ਤੇ ਜਿਹੜਾ ਅਲਿਆਸ ਹਾਕੀ ਕਲੱਬ ਆ ਇਹ ਕਾਲੇ 75 ਦੀ ਟੀਮ ਆ ਤੇ ਬੜਾ ਅੱਛਾ ਮੈਚ ਹੋਇਆ ਤੇ ਆ ਸਟੋਕਾਂ ਤੇ ਆ ਕੇ ਇਹਦਾ ਫੈਸਲਾ ਹੋਇਆ ਲੋ ਜਨਾਬ ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਅਸੀਂ ਇhtitam ਕਰਦੇ ਆਂ ਵੀਡੀਓ ਕਿੱਦਾਂ ਦੀਆਂ ਲੱਗ ਰਹੀਆਂ ਵਾਂ ਤੁਸੀਂ ਇੰਜੋਏ ਕਰ ਰਹੇ ਆਂ ਜਿਹੜੀ ਕੋਈ ਕਮੀ ਪੇਸ਼ੀ ਤੁਹਾਨੂੰ ਨਜ਼ਰ ਆਉਂਦੀ ਆ ਉਹ ਜ਼ਰੂਰ ਦੱਸਿਆ ਕਰੋ ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਜੀ ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ ਅੱਲਾਹ ਹਾਫਿਜ਼